ਨੇਰੀ ਬੋਲ ਵੀ ਨਹੀਂ ਹੁੰਦਾ ਨੇਰੀ ਦੀ ਵੀਡੀਓ ਬਣਾਉਣ ਲੱਗੇ ਅੱਜ ਆਪਾਂ ਠੀਕ ਹੈ ਨਵੇਂ ਵਲੌਗ ਵਿੱਚ ਲੈ ਲਈ ਗੱਲ ਬੜੇ ਥੱਲੇ ਬੈਠ ਦੇ ਬਾਈ ਨੇਰੀ ਦੀ ਅੜਾ ਦੇਣਾ ਤੁਹਾਨੂੰ ਬੈ ਕੇ ਫਿਰ ਕੇ ਆਪਾਂ ਹਾਲਾਤ ਦਿਖਾਉਣੇ ਅਤੇ ਆਪਣੇ ਜਾਨਵਰ ਜਿਹੜੇ ਹੁੰਦੇ ਆ ਵੀ ਅੱਜ ਨੇਰੀ ਕਰਕੇ ਇੱਕਣ ਸੈਮੀ ਬੈਠੇ ਆ ਅੰਦਰ ਤਾਂ ਮੈਂ ਕਰਤਾ ਮੈਂ ਡੀ ਸੀ ਵੀ ਆਪਣੇ ਜਿਹੜੇ ਜੁੜੇ ਵੀ ਸਾਰੇ ਹੈ ਅਤੇ ਤੁਹਾਨੂੰ ਉੱਪਰ ਸਾਰਾ ਪਿੰਡ ਦੀ ਨੇਰੀ ਦਿਖਾਉਂਦੇ ਆ ਅਤੇ ਬਾਹਰ ਘੁੰਮ ਕੇ ਸਾਡੇ ਤੋਂ ਦਿਖਾਉਂਦੇ ਵੀ ਕਿਆ ਨੇਰ ਖਾਨਾ ਉੜਿਆ ਵਾ ਠੀਕ ਆ ਅਤੇ ਇੱਕ ਹੋਰ ਯਾਰ ਨੇਰੀ ਦੇਖੋ ਨੇਰੀ ਨੇ ਚੱਖੜ ਠਾਲੇ ਪਏ ਦੇਖ ਲਓ ਜੀ ਮੀਂਹ ਵੀ ਆ ਗਿਆ ਮਾੜਾ ਮਾੜਾ ਦੇਖ ਲਓ ਜੀ ਉੱਧਰ ਲਵਲੀ ਪੋਸਟਰ ਤਾਰਨ ਆਇਆ ਆਪਣਾ ਦੇਖ ਲਓ ਜੀ ਉੱਧਰ ਤੂਫਾਨ ਆਇਆ ਪਿਆ ਝੰਡਾ ਦੇਖ ਲਓ ਕਿੱਕਣਾ ਉੱਪਰ ਆਸਮਾਨ ਦੇਖੋ ਹੁਣ ਆਪਾਂ ਥੱਲੇ ਚੱਲਦੇ ਆ ਤੁਹਾਨੂੰ ਸੜਕ ਵਜਾ ਕੇ ਦਿਖਾਉਂਦੇ ਆ ਅਤੇ ਆਹ ਦੇਖ ਲਓ ਆਪਣੇ ਮਰੂਦ ਜਿਹੜੇ ਕਿੱਕਣਾ ਉੱਡਦੇ ਫਿਰਦੇ ਆ ਹਲੇ ਮਾੜੀ ਜੀ ਹਵਾ ਘੱਟ ਹੋਈ ਜਾਵਾਂ ਵੀਡੀਓ ਬਾਈ ਉੜ ਗਿਆ ਤਾਂ ਜਦ ਮੈਂ ਵੀਡੀਓ ਦੁਬਾਰਾ ਤੁਹਾਡੇ ਮੂਹਰਲਾ ਕੈਮਰਾ ਕਰਕੇ ਦਿਖਾਉਣ ਲੱਗਿਆ ਵਾ ਜਦ ਦੇਖੂ ਮੈਂ ਕਿੱਕਣਾ ਉੜਦਾ ਫਿਰਦਾ ਤਾ ਹੁਣ ਅਤੇ ਕੋਈ ਚੀਜ਼ ਤੁਹਾਨੂੰ ਪੜਾ ਕੇ ਦਿਖਾਉਂਦੇ ਆ ਦਿਖਾਉਂਦੇ ਨੇ ਇਹਦਾ ਰਿਐਕਸ਼ਨ ਕੋਈ ਹੁਣ ਬੱਲੀ ਉਡਾ ਦਈਏ ਠੀਕ ਆ ਅਤੇ ਹੁਣ ਇਹਨੂੰ ਫਿਰ ਉਡਾਉਂਦੇ ਆ ਓ ਉੜੀਓ ਨਹੀਂ ਭਾਰੀ ਬਹੁਤਾ ਕੋਈ ਹੌਲੀ ਚੀਜ਼ ਲੱਭਦੇ ਪਰ ਕੋਠੇ ਫਿਰ ਹੌਲੀ ਚੀਜ਼ ਮਿਲ ਗਈ ਆਪਾਂ ਇਹਨੂੰ ਉਡਾ ਕੇ ਦਿਖਾਉਂਦੇ ਉੜ ਗਿਆ ਉਹ ਗਿਰ ਗਿਆ ਕੋਠੇ ਪਰੇ ਚਲੋ ਆਪਾਂ ਥੱਲੇ ਜਾ ਕੇ ਹੁਣ ਆਪਣਾ ਉਹ ਦੇਖੋ ਜੀ ਕਾਗਜ਼ੀ ਕਿੱਕਣਾ ਉੜਦੇ ਫਿਰਦੇ ਆ ਉੜ ਗਿਆ ਆਹ ਦੇਖੋ ਕੱਪੜੇ ਕਿਵੇਂ ਉੜਦੇ ਆ ਅਤੇ ਆਹ ਦੇਖੋ ਜੀ ਪੱਤਾ ਕਿਵੇਂ ਉੜਦਾ ਆ ਆਪਣੇ ਕੋਠੇ ਅਤੇ ਹੁਣ ਆਪਾਂ ਤੁਹਾਨੂੰ ਥੱਲੇ ਜਾ ਕੇ ਦਿਖਾਉਂਦੇ ਆ ਬਾਹਰ ਨਹੀਂ ਦਿਖਾਉਂਦੇ ਬੈਠਾ ਬਣਦੀ ਸੀ ਠੰਡ ਹਵਾ ਚੱਲਦੀ ਬਾਹਰ ਆ ਲੁੱਕ ਕੇ ਬੈਠਾ ਅਤੇ ਆਪਣੇ ਪੰਛੀ ਬੈਠੇ ਰਾਟ ਪਾਇਆ ਪਿਆ ਚਲੋ ਆਪਾਂ ਇੱਧਰ ਬਾਹਰ ਚੱਲਦੇ ਆ ਨਿਸ਼ਾਨ ਸਾਹਿਬ ਦੀ ਤਾਰ ਟੁੱਟ ਗਈ ਅਤੇ ਨਿਸ਼ਾਨ ਸਾਹਿਬ ਇੱਕ ਸਾਈਡ ਨੂੰ ਹੋ ਗਿਆ ਨਹੀਂ ਤੇ ਹਨੇਰੀ ਆਈ ਅਤੇ ਸਬਜ਼ੀ ਵਾਲਾ ਭਾਈ ਜਾਂਦਾ ਦੇਖ ਲਓ ਸਬਜ਼ੀ ਵਾਲਾ ਭਾਈ ਨਹੀਂ ਉੜੇ ਜਾਣਾ ਹਨੇਰੀ ਇੰਨੀ ਚੱਲਦੀ ਆ ਅਤੇ ਸਬਜ਼ੀ ਵੇਚਣੇ ਦਾ ਕੋਈ ਫਾਇਦਾ ਨਹੀਂ ਨਿਸ਼ਾਨ ਸਾਹਿਬ ਇੱਕ ਸਾਈਡ ਟੇਢਾ ਹੋ ਗਿਆ